ਪੰਜਾਬ ਵਿੱਚ ਹੋਈਆਂ 13 ਲੋਕ ਸਭਾ ਸੀਟਾਂ ਦੀਆਂ ਚੋਣਾਂ ਬਾਰੇ ਤੁਹਾਨੂੰ ਦੱਸਦੇ ਹਾਂ। ਕਿਹੜਾ ਵਿਧਾਇਕ ਕਿੱਥੋਂ ਜੇਤੂ ਰਿਹਾ ਅਤੇ ਕਿਸ ਦੇ ਨਾਲ ਕਿਸ ਦਾ ਮੁਕਾਬਲਾ ਹੋਇਆ ਅਤੇ ਕਿੰਨੀ ਵੋਟਾਂ ਦੀ ਲੀਡ ਲੈ ਕੇ ਕਿਹੜਾ ਉਮੀਦਵਾਰ ਅੱਗੇ ਨਿਕਲਿਆ। ਪਹਿਲਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਸੀਟ ਦੀ। ਅੰਮ੍ਰਿਤਸਰ ਸੀਟ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਟੱਕਰ ਸੀ, ਜਿਸ ਦੇ ਵਿੱਚ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਮੁਕਾਬਲਾ ਕਰ ਰਹੇ ਸਨ। ਪਰ ਆਖਰ ਵਿੱਚ ਆਉਂਦਿਆਂ ਗੁਰਜੀਤ ਸਿੰਘ ਔਜਲਾ 40,301 ਵੋਟ ਦੀ ਲੀਡ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਨੂੰ ਮਾਤ ਦੇ ਗਏ ਅਤੇ ਕਾਂਗਰਸ ਦੀ ਝੋਲੀ ਦੇ ਵਿੱਚ ਇਹ ਸੀਟ ਆ ਗਈ। ਦੂਜੀ ਸੀਟ ਦੀ ਗੱਲ ਕਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਇਹ ਮੁਕਾਬਲਾ ਸੀ। ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ 10,846 ਵੋਟਾਂ ਲੈ ਕੇ ਵਿਜੇ ਇੰਦਰ ਸਿੰਗਲਾ ਨੂੰ ਮਾਤ ਦੇ ਗਏ ਅਤੇ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤ ਲਈ। ਤੀਜੀ ਸੀਟ ਬਠਿੰਡਾ ਦੀ ਗੱਲ ਕਰੀਏ ਤਾਂ ਉੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਾਂਟੇਦਾਰ ਟੱਕਰ ਸੀ। ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਅੱਗੇ ਜਾ ਰਹੇ ਸਨ, ਪਰ ਹਰਸਿਮਰਤ ਕੌਰ ਬਾਦਲ 59,656 ਵੋਟਾਂ ਦੀ ਲੀਡ ਦੇ ਨਾਲ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾ ਗਏ। ਚੌਥੀ ਸੀਟ ਦੀ ਗੱਲ ਕਰੀਏ ਫਰੀਦਕੋਟ, ਜਿੱਥੇ ਆਜ਼ਾਦ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਟੱਕਰ ਹੋਈ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਅਤੇ ਕਰਮਜੀਤ ਸਿੰਘ ਅਨਮੋਲ ਦੇ ਵਿਚਕਾਰ ਇਹ ਟੱਕਰ ਸੀ। ਪਹਿਲਾਂ ਕਰਮਜੀਤ ਸਿੰਘ ਅਨਮੋਲ ਅੱਗੇ ਵੱਧਦੇ ਜਾ ਰਹੇ ਸਨ, ਪਰ ਕੁਝ ਹੀ ਦਿਨਾਂ ਦੇ ਵਿੱਚ 5-7 ਦਿਨਾਂ ਦੇ ਵਿੱਚ ਪਾਸਾ ਪਲਟ ਗਿਆ ਅਤੇ ਸਰਬਜੀਤ ਸਿੰਘ ਖਾਲਸਾ 70,053 ਵੋਟਾਂ ਲੈ ਕੇ ਕਰਮਜੀਤ ਸਿੰਘ ਅਨਮੋਲ ਨੂੰ ਹਰਾ ਗਏ। ਪੰਜਵੀਂ ਸੀਟ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ, ਇਹ ਸੀਟ ਦੇ ਉੱਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਟੱਕਰ ਹੋਈ। ਕਾਂਗਰਸ ਵੱਲੋਂ ਅਮਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਪ੍ਰੀਤ ਸਿੰਘ GP, ਇਹਨਾਂ ਦੇ ਵਿਚਕਾਰ ਟੱਕਰ ਹੋਈ ਅਤੇ ਅਮਰ ਸਿੰਘ 34,202 ਵੋਟਾਂ ਦੀ ਲੀਡ ਲੈ ਕੇ ਜਿੱਤ ਗਏ ਸਨ। ਛੇਵੀਂ ਸੀਟ ਦੀ ਗੱਲ ਕਰੀਏ ਫਿਰੋਜ਼ਪੁਰ, ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਟੱਕਰ ਸੀ। ਕਾਂਗਰਸ ਵੱਲੋਂ ਸ਼ੇਰ ਸਿੰਘ ਘਵਾਇਆ ਅਤੇ ਆਪ ਦੇ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਸਨ ਅਤੇ ਸ਼ੇਰ ਸਿੰਘ ਘਵਾਇਆ 3,242 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ, ਜੋ ਬੜਾ ਥੋੜ੍ਹਾ ਮਾਰਜਨ ਲੈ ਕੇ ਜਿੱਤੇ ਨੇ। ਇੱਥੇ ਪੂਰੀ ਕਾਂਟੇਦਾਰ ਟੱਕਰ ਸੀ, ਕਦੇ ਆਪ ਵਿਧਾਇਕ ਮੂਹਰੇ ਸਨ ਅਤੇ ਕਦੇ ਕਾਂਗਰਸ ਦੇ, ਪਰ ਸ਼ੇਰ ਸਿੰਘ ਘਵਾਇਆ ਆਖਰ ਵਿੱਚ ਜਿੱਤ ਗਏ। ਸੱਤਵੀਂ ਸੀਟ ਦੀ ਗੱਲ ਕਰੀਏ ਗੁਰਦਾਸਪੁਰ, ਜਿੱਥੇ ਕਾਂਗਰਸ ਅਤੇ BJP ਦੇ ਵਿਚਕਾਰ ਟੱਕਰ ਸੀ। ਕਾਂਗਰਸ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ BJP ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਮੈਦਾਨ ਦੇ ਵਿੱਚ ਸਨ, ਪਰ ਸੁਖਜਿੰਦਰ ਸਿੰਘ ਰੰਧਾਵਾ 82,861 ਵੋਟਾਂ ਦੇ ਨਾਲ ਇਹ ਮੁਕਾਬਲਾ ਜਿੱਤ ਗਏ। ਅੱਠਵੀਂ ਸੀਟ ਹੁਸ਼ਿਆਰਪੁਰ ਦੀ ਗੱਲ ਕਰੀਏ, ਉੱਥੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਟੱਕਰ ਸੀ। ਆਪ ਦੇ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਕਾਂਗਰਸ ਦੇ ਵੱਲੋਂ ਜਾਮਣੀ ਗੋਮਰ ਸਨ, ਜਿਸ ਦੇ ਵਿੱਚ ਰਾਜਕੁਮਾਰ ਚੱਬੇਵਾਲ 44,111 ਵੋਟਾਂ ਲੈ ਕੇ ਜਿੱਤ ਹਾਸਲ ਕਰ ਗਏ। ਨੌਵੀਂ ਸੀਟ ਜਲੰਧਰ ਦੀ ਗੱਲ ਕਰੀਏ ਤਾਂ ਉੱਥੇ ਕਾਂਗਰਸ ਅਤੇ BJP ਦੇ ਵਿਚਕਾਰ ਟੱਕਰ ਸੀ। ਕਾਂਗਰਸ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਅਤੇ BJP ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ, ਪਰ ਚਰਨਜੀਤ ਸਿੰਘ ਚੰਨੀ 1,75,993 ਵੋਟਾਂ ਲੈ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਤਕੜੀ ਹਾਰ ਦੇ ਕੇ ਗਏ ਨੇ। ਦਸਵੀਂ ਸੀਟ ਖੰਡੂਰ ਸਾਹਿਬ ਦੀ ਗੱਲ ਕਰੀਏ, ਜਿੱਥੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖੜ੍ਹੇ ਸਨ ਅਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਸਨ, ਜਿਨ੍ਹਾਂ ਵਿਚਕਾਰ ਇਹ ਮੁਕਾਬਲਾ ਸੀ, ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ 1,97,120 ਵੋਟਾਂ ਦਾ ਸਭ ਤੋਂ ਵੱਡਾ ਮਾਰਜਨ ਲੈ ਕੇ ਇਸ ਸੀਟ ਤੋਂ ਜਿੱਤੇ ਨੇ। ਗਿਆਰਵੀਂ ਸੀਟ ਲੁਧਿਆਣਾ ਦੀ ਗੱਲ ਕਰੀਏ, ਜਿੱਥੇ ਕਾਂਗਰਸ ਅਤੇ BJP ਦੇ ਵਿਚਕਾਰ ਟੱਕਰ ਸੀ। ਕਾਂਗਰਸ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਨ ਅਤੇ BJP ਦੇ ਵੱਲੋਂ ਰਵਨੀਤ ਸਿੰਘ ਬਿੱਟੂ ਮੈਦਾਨ ਦੇ ਵਿੱਚ ਸਨ। ਰਾਜਾ ਵੜਿੰਗ 20,942 ਵੋਟਾਂ ਲੈ ਕੇ ਇਸ ਮੈਦਾਨ ਵਿੱਚੋਂ ਜੇਤੂ ਰਹੇ। ਪਟਿਆਲਾ ਦੀ ਗੱਲ ਕਰੀਏ, ਜਿੱਥੇ ਕਾਂਗਰਸ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਵੀਰ ਸਿੰਘ ਸਨ, ਜਿਨ੍ਹਾਂ ਦੇ ਵਿੱਚ ਫਾਸਮਾ ਮੁਕਾਬਲਾ ਸੀ, ਪਰ ਇਸ ਵਿੱਚ ਡਾਕਟਰ ਧਰਮਵੀਰ ਗਾਂਧੀ 14,831 ਵੋਟਾਂ ਲੈ ਕੇ ਜੇਤੂ ਰਹੇ। ਸੰਗਰੂਰ ਸੀਟ, ਜਿਸ ਨੂੰ
ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਵੀ ਆਖਦੀ ਹੈ। ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਮੀਤਹਿਅਰ ਅਤੇ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ, ਇਹਨਾਂ ਦੇ ਵਿਚਕਾਰ ਟੱਕਰ ਸੀ। ਪਰ ਤੀਸਰਾ ਪੱਖ ਵੀ ਦੇਖੀਏ ਤਾਂ ਇੱਥੇ ਸਿਮਰਜੀਤ ਸਿੰਘ ਮਾਨ ਵੀ ਤਕੜੀ ਟੱਕਰ ਦੇ ਰਹੇ ਸਨ, ਪਰ ਅਖੀਰ ਦੇ ਵਿੱਚ ਉਹ ਤੀਜੇ ਨੰਬਰ 'ਤੇ ਚਲੇ ਗਏ। ਪਹਿਲਾਂ ਇਹ ਮੁਕਾਬਲਾ ਜਿੱਥੇ ਗੁਰਮੀਤ ਸਿੰਘ ਮੀਤਹਿਅਰ ਅਤੇ ਸਿਮਰਜੀਤ ਸਿੰਘ ਮਾਨ ਦੇ ਵਿਚਕਾਰ ਚੱਲ ਰਿਹਾ ਸੀ, ਪਰ ਅੱਧ ਦੇ ਵਿੱਚ ਜਾ ਕੇ ਸਿਮਰਜੀਤ ਸਿੰਘ ਮਾਨ ਤੀਜੇ ਨੰਬਰ 'ਤੇ ਖਿਸਕ ਗਏ ਅਤੇ ਆਮ ਆਦਮੀ ਪਾਰਟੀ ਪਹਿਲੇ ਨੰਬਰ 'ਤੇ ਅਤੇ ਸੁਖਪਾਲ ਸਿੰਘ ਖਹਿਰਾ ਦੂਸਰੇ ਨੰਬਰ 'ਤੇ ਰਹੇ। ਇਹ ਸੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਹਾਲ। ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਨਾਲ।